ਹਾਂਜੀ, ਤੇ ਅਸੀਂ ਇਸ ਵੇਲੇ ਜਨਾਬ ਜਾ ਰਹੇ ਆ ਬਾਰਡਰ ਵਾਲੇ ਪਾਸੇ, ਤੇ ਬਾਰਡਰ ਦਾ ਨਾਮ ਜਿਹੜਾ ਹੈ ਗੰਡਾ ਸਿੰਘ ਹੈਡ ਗੰਡਾ ਸਿੰਘ ਗੰਡਾ ਸਿੰਘ ਵਾਲੇ ਪਾਸੇ ਜਾ ਰਹੇ ਹਾਂ, ਤੇ ਇਹਦੇ ਬਾਰੇ ਜਿਹੜੀ ਥੋੜੀ ਤਫਸੀਲ ਹੈ ਉਹ ਮੀਆਂ ਸਾਹਿਬ ਨੂੰ ਪਤਾ ਹੈ। ਤੇ ਮੀਆਂ ਆਸਫ ਸਾਹਿਬ ਜਿਹੜਾ ਜ਼ਰਾ ਰੋਸ਼ਨੀ ਪਾਓ ਇਹਦੇ ਉੱਤੇ ਭਲਾ। ਨਹੀਂ, ਇੱਥੇ ਬਹੁਤੀ ਰੋਸ਼ਨੀ ਪਾਉਣ ਦੀ ਲੋੜ ਨਹੀਂ ਹੈਗੀ। ਅਸੀਂ ਜਾ ਰਹੇ ਹਾਂ ਹੈਡ ਗੰਡਾ ਸਿੰਘ ਵਾਲਾ, ਬੜਾ ਮਸ਼ਹੂਰ ਬਾਰਡਰ ਹੈ ਕਸੂਰ ਦੇ ਉੱਤੇ। ਸਭ ਤੋਂ ਬਹੁਤਾ ਤਾਂ ਵਾਹਗਾ ਹੀ ਗਿਣਿਆ ਜਾਂਦਾ, ਵਾਹਗੇ ਤੋਂ ਬਾਅਦ ਜਿਹਦਾ ਨੰਬਰ ਆਉਂਦਾ ਉਹ ਗੰਡਾ ਸਿੰਘ ਵਾਲੇ ਦਾ ਹੁੰਦਾ। ਉੱਥੇ ਜਾ ਰਹੇ ਹਾਂ, ਉੱਥੇ ਪਰੇਡ ਵੀ ਹੁੰਦੀ ਆ ਅਤੇ ਝੰਡਾ ਵੀ ਲਾਏ ਚੜ੍ਹਾਏ ਜਾਂਦੇ ਆ ਪਾਕਿਸਤਾਨ ਅਤੇ ਇੰਡੀਆ ਦੇ ਰੇਂਜਰ ਵਾਲੀ ਪਰੇਡ ਕਰਦੇ ਆ, ਜੋ ਕਿ ਪਰੇ ਹੈਡ ਸਤਲੁਜ ਵੀ ਹੈ। ਇਹ ਰੋਡ ਉਹੀ ਹੈ ਫਿਰੋਜ਼ਪੁਰ ਰੋਡ ਜਿੱਥੋਂ ਅਸੀਂ ਜਾ ਰਹੇ ਹਾਂ। ਆਪਣਾ
ਲਓ ਜੀ, ਇਸ ਟਾਈਮ ਅਸੀਂ ਸਾਈਨ ਆਫ ਕਰ ਰਹੇ ਹਾਂ ਪਾਕਿਸਤਾਨ ਇੰਡੀਆ ਗੰਡਾ ਸਿੰਘ ਬਾਰਡਰ ਤੋਂ, ਅਤੇ ਇਹ ਮੇਰੇ ਪਿੱਛੇ ਬਾਰਡਰ ਹੈ। ਹੁਣ ਤਕਰੀਬਨ ਇਹ ਜਿਹੜੀ ਤਕਰੀਬ ਹੋਈ ਸੀ ਉਹ ਖਤਮ ਹੋ ਗਈ ਹੈ, ਅਤੇ ਅਸੀਂ ਹੁਣ ਚੱਲੇ ਹਾਂ ਵਾਪਸ ਆਪਣੇ ਲਾਹੌਰ ਵਾਲੇ ਪਾਸੇ। ਠੀਕ ਹੈ ਜੀ।